सेवा सिंह ना जी मेरा पिंड धारीवाल कलां ते ये जो घटना हुई है ये श्रीनगर दे विच हुई जो कि उत्थे ये गलबात हुई है भी लड़का जो मेरा ते नौ उत्थे रहिंदे करणदीप सिंह लड़का गुरप्रीत कौर नौ है साडी ਉਹ ਇਹ ਉੱਥੇ ਲੱਕੜ ਦਾ ਕੰਮ ਕਰਦਾ ਸੀ ਅਤੇ ਉੱਥੇ ਦੋਵੇਂ ਜੀ ਰਹਿੰਦੇ ਸੀ ਨਾਲ ਛੋਟਾ ਬੱਚਾ ਸੀ ਉਹ ਵੀ ਉੱਥੇ ਰਹਿੰਦਾ ਸੀ ਅਤੇ ਇਹਨਾਂ ਨੂੰ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਠੰਡੇ ਦੇ ਵਿੱਚ ਨਸ਼ੇ ਵਾਲੀ ਕੋਈ ਦਵਾਈ ਦਿੱਤੀ ਕਿਉਂਕਿ ਸਾਡਾ ਜੋ ਕਰਨਦੀਪ ਸਿੰਘ ਆ ਉਹ ਕੋਈ ਨਸ਼ਾ ਨਹੀਂ ਕਰਦਾ ਨਾ ਦਾਰੂ ਪੀਂਦਾ ਨਾ ਸ਼ਰਾਬ ਪੀਂਦਾ ਨਾ ਕੋਈ ਨਸ਼ਾ ਨਹੀਂ ਕਰਦਾ ਅਤੇ ਇਹ ਕਰਕੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨਸ਼ਾ ਤਾਂ ਕੋਈ ਕਰਦਾ ਨਹੀਂ ਅਤੇ ਇਹਨੂੰ ਠੰਡੇ ਦੇ ਵਿੱਚ ਕੋਈ ਦਵਾਈ ਦੇ ਦਈਏ ਗੁਰਜੀਤ ਸਿੰਘ ਵੱਲੋਂ ਅਤੇ ਗੁਰਪ੍ਰੀਤ ਕੌਰ ਵੱਲੋਂ ਗੁਰਜੀਤ ਸਿੰਘ ਉਹਦਾ ਗੁਰਪ੍ਰੀਤ ਦਾ ਰੱਖੜੀ ਬੰਨ ਕੇ ਭਰਾ ਬਣਿਆ ਸੀ ਅਤੇ ਉਹ ਹੀ ਨਾਲ ਲੈ ਕੇ ਅਤੇ ਭੱਜ ਗਿਆ ਇੱਥੇ ਧਾਰੀਵਾਲ ਕਲਾਂ ਦਾ ਰਹਿਣ ਵਾਲਾ ਗੁਰਜੀਤ ਸਿੰਘ ਨਾਂ ਉਹਦਾ ਅਤੇ ਮਹਿੰਗਾ ਸਿੰਘ ਸਨ ਆਫ ਮਹਿੰਗਾ ਸਿੰਘ ਆ ਅਤੇ ਘਰੋਂ ਇਹ ਲੈ ਕੇ ਅਤੇ ਭੱਜ ਉੱਥੋਂ ਲੈ ਕੇ ਭੱਜ ਗਿਆ ਦੋ ਪੌਣੇ 2 ਵਜੇ ਦੀ ਗੱਲ ਹੈ ਜਦੋਂ ਲੈ ਕੇ ਨਿਕਲਿਆ ਵਾ ਸਾਡੇ ਕੋਲੋਂ ਉਹਦੇ ਦੁਕਾਨ ਦੇ ਸਾਹਮਣੇ ਵੀ ਕੈਮਰੇ ਲੱਗੇ ਆ ਉਹਨਾਂ ਕੈਮਰਿਆਂ ਦੇ ਵਿੱਚ ਫੋਟੋ ਆਈ ਆ ਅਤੇ ਉਹ ਫੋਟੋ ਦੇ ਜਿਹੜੀ ਆ ਵੀਡੀਓ ਅਸੀਂ ਆਪਣੇ ਕੋਲ ਟੈਪ ਲੈ ਕੇ ਅਤੇ ਰੱਖੀ ਆ ਅਤੇ ਕੰਪਲੇਂਟ ਜਿਹੜੀ ਅਸੀਂ ਸ਼੍ਰੀਨਗਰ ਵੀ ਕੰਪਲੇਂਟ ਕੀਤੀ ਜੇ ਅਤੇ ਇੱਥੇ ਸ਼ੇਖਵਾਂ ਥਾਣੇ 'ਚ ਵੀ ਅਸੀਂ ਕੰਪਲੇਂਟ ਕੀਤੀ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਸਾਡਾ ਹੱਕ ਦਿੱਤਾ ਜਾਏ ਅਤੇ ਜੋ ਕਿ ਉਹਦੇ ਵੱਲੋਂ ਸਾਨੂੰ ਤਲਾਕ ਲਿਖ ਦੇ ਅਤੇ ਜੋ ਸਾਡਾ ਗਹਿਣਾ ਗੱਟਾ ਜੋ ਸਮਾਨ ਖੜਿਆ ਵਾ ਉਹ ਸਾਨੂੰ ਮਿਲ ਜੇ ਅਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਦੇਵਿੰਦਰ ਕੌਰ ਪੁੱਤ ਮੇਰੇ ਨਾਮ ਰੇਤਲਾ ਧਾਰੀਵਾਲ ਸਾਡੇ ਪੁੱਤ ਮੁੰਡਾ ਮੇਰਾ ਸ਼੍ਰੀਨਗਰ ਕੰਮ ਕਰਦਾ 9 ਪੁੱਤ ਗਏ ਨਿਕਾ ਜਾ ਮੇਰਾ ਪੋਤਾ ਹੀ ਆ ਉਹਨੂੰ ਨਾਲ ਖੜਿਆ ਅਤੇ ਨਾਲ ਇੱਕ ਮੁੰਡਾ ਪਿੰਡ ਦਾ ਹੀ ਉਹ ਖੜਿਆ ਭਰਾ ਬੰਨਿਆ ਉਹਨੇ ਰੱਖੜੀ ਬੰਨਦਾ ਹੀ ਆ ਤਾਂ ਸਾਨੂੰ ਕੋਈ ਸ਼ੱਕ ਨਹੀਂ ਉਹ 'ਚ ਉਹ ਜਿਹੜੀ ਭਰਾ ਬੰਨਿਆ ਮੇਰੀ ਵੋਟੀ ਨੇ ਗੁਰਜੀਤ ਸਿੰਘ ਨੂੰ ਤਾਂ ਉਹਨੂੰ ਭਰਾ ਬੰਨ ਕੇ ਤਾਂ ਉਹਨੂੰ ਨਾਲ ਕੱਢ ਕੇ ਲੈ ਗਏ ਸਮਾਨ ਸਾਰੇ ਲੈ ਕੇ ਕੱਢ ਗਏ ਤਾਂ ਜਿਹੜੇ ਦਵਾਈ ਦਿੱਤੇ ਮੁੰਡੇ ਨੂੰ ਨਸ਼ਾ ਵਾਲਾ ਦਵਾਈ ਪਤਾ ਨਹੀਂ ਕੀ ਦਿੱਤਾ ਇਹ ਨਹੀਂ ਆਪਣੇ ਕੋਲੋਂ ਤਾਂ ਮਾਰ ਕੇ ਗਏ ਰੱਬ ਨੇ ਬਚਾਇਆ ਮੇਰੇ ਦੋਵਾਂ ਮੁੰਡੇ ਨੂੰ ਪੋਤੇ ਨੂੰ ਅਤੇ ਮੇਰੇ ਮੁੰਡੇ ਨੂੰ ਤਾਂ ਪੁੱਤ ਜਿਹੜੇ ਕੀਤਾ ਉਹ ਹਰਕਤ ਉਹ ਚੰਗਾ ਨਹੀਂ ਕੀਤਾ ਪਊ ਮੈਂ ਕਾਨੂੰਨੀ ਕਾਰਵਾਈ ਹੋਣਾ ਚਾਹੀਦਾ ਇੱਕ ਪਿੰਡ 'ਚ ਦੋ ਕੰਮ ਚੰਗਾ ਨਹੀਂ ਪੁੱਤ ਮੈਂ ਆਪਣਾ ਗੱਲ ਕਰਨਾ ਸ਼ਰਮ ਆਉਂਦਾ ਹੀ ਪੁੱਤ ਇੱਦਾਂ ਚਾਹੀਦਾ ਸਾਡੇ ਸਮਾਨ ਦੇ ਜੇ ਤਲਾਕ ਦੇ ਦੇ ਮੇਰੀ ਨੂੰਹ ਮੈਨੂੰ ਨਹੀਂ ਚਾਹੀਦਾ ਉਹ ਜਿੰਨਾ ਨਹੀਂ ਕਾਨੂੰਨੀ ਕਾਰਵਾਈ ਹੋਣਾ ਚਾਹੀਦਾ ਪੁੱਤ